गोबिंद जी के कोले गया ते हर गोबिंद जी ने शरीर तो फड़ के ना सप ते कहने नु जमीन ते एकदम वार 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 पर साक नु मार दिता। सपेरे नु मिलना ता की सी जेड़ा सप दिखा दिखा के लोगों के कोलो पैसे लेना जो सप भी गवा दे। बाबा पृथ्वी चंद इत्थे भी फेल हो गया। समा पाकों ने तीजा फिर वार किया। तीजा वार की सी जेड़ा गुरु हरगोबिंद जी का खड़ावा सी एक ब्राह्मण सी। उस ब्राह्मण नूं कहा जदो तू दही खवाउणा जां भोजन खवाउणा उहदे विच जहर मिला ते तेरे हाथ चुंदे हरगोबिंद जी उह दही दा इक चमचा अंदर चले गया जहर तेज होने खत्म हो जाणा। हुण ब्राह्मण ने जतन किया दही खवाउण दा। हरगोबिंद जी रोए माता गंगा जी पुत्र नूं रोंदिया वेख के कहिंदे जी की गल आ। कहिंदे माता जी मैं दही खवा रहे खा नहीं रहे गए। माता जी कहिंदे नहीं खांदे ते रहण दे तुसीं। पर अंदर एक ख्याल आया जे मेरे पुत ने दही ना ना खाली खांदे ते अगे भी आ यही ब्राह्मण आ यही घटावा के यही तां सब कुछ खवाउंदा इहनां नूं अज क्यों नहीं खाधा। वह दही वाली कौली कहिंदे चक्की ते जदों बाहर डोली ते कुत्ता आया उहने जदों दही खाधी उह तड़प तड़प के मर गया। अज माता गंगा जी ने गुरु अर्जुन देव पातशाह कहा कहिंदे सच्चे पातशाह कमाल हो गए परमात्मा ने दिता तो तुहाडा भरा ते भरजाई साडे कोल खो रहे आ आ तीजा वार हो गया। गुरु अर्जुन देव पातशाह महाराज ने कहा गंगा क्यों डरदी आ जे परमात्मा नहीं खोना चाहुंदा ते कौन आ जिहड़े साडे कोल खो रहे। जे परमात्मा नहीं खोना चाहुंदा ते ये कौन आ जिहड़े साडे कोल खो लैणगे। उत्थे गुरु अर्जुन देव पातशाह ने एक बचन कहा इतिहास कहिंदा उह ब्राह्मण ਇਹ ਕਾਰਾ ਕਰਨ ਤੋਂ ਬਾਅਦ ਉਹਦੇ ਪੇਟ ਵਿੱਚ ਦਰਦ ਉੱਠਿਆ ਦਰਦ ਇੰਨੀ ਤੇਜ਼ ਸੀ ਸਾਰ ਨਹੀਂ ਸਕਿਆ ਉਹ ਮਰ ਗਿਆ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਹਾ ਦੁਸ਼ਟ ਬ੍ਰਾਹਮਣ ਮੂਆ ਹੋਏ ਕੇ ਸੂਲ ਕਹਿੰਦੇ ਉਹਦੇ ਦਰਦ ਉੱਠਿਆ ਲਾਲਚ ਵਸ ਉਹਨੇ ਕੰਮ ਕੀਤਾ ਤੇ ਮਰ ਗਿਆ। ਇਹ ਸੱਚਾਈ ਮਹਾਰਾਜ ਨੇ ਕਿਹਾ ਜਿਹੜਾ ਲਾਲਚ ਆ ਨਾ ਬੰਦੇ ਦੇ ਕੋਲੋਂ ਬੜਾ ਕੁਝ ਕਰਵਾ ਦਿੰਦਾ। ਤੇ ਸਤਿਗੁਰੂ ਨੇ ਇੱਕ ਬਾਣੀ ਚ ਬਚਨ ਕਿਹਾ ਕਹਿੰਦੇ ਜੇ ਲਾਲਚੀ ਬੰਦਾ ਮਿਲਣਾ ਉਹਦੀ ਸੰਗਤ ਨਹੀਂ ਕਰਨੀ। ਲਾਲਚੀ ਬੰਦਾ ਹਲਕਾਏ ਕੁੱਤੇ ਵਰਗਾ ਕਹਿੰਦੇ ਜਦੋਂ ਮਹਾਰਾਜ ਜੀ ਕਹਿੰਦੇ ਕੁੱਤੇ ਨੂੰ ਹਲਕ ਹੋ ਜਾਏ ਨਾ ਜੀ ਉਹ ਬਖਸ਼ਦਾ ਨਹੀਂ ਕਿਸੇ ਨੂੰ। ਜੇ ਬੰਦਾ ਸਾਹਮਣੇ ਆ ਗਿਆ ਉਹਨੇ ਬੰਦੇ ਨੂੰ ਵੀ ਵੱਢਣਾ। ਪਸ਼ੂ ਸਾਹਮਣੇ ਆ ਗਿਆ ਉਹਨੇ ਪਸ਼ੂ ਨੂੰ ਵੀ ਵੱਢਣਾ। ਉਹ ਚਾਹੁੰਦਾ ਜਿੱਦਾਂ ਮੈਂ ਹਲਕਿਆ ਹੋਇਆ ਸਾਰੇ ਹਲਕ ਜਾਣ। ਲਾਲਚੀ ਬੰਦੇ ਦਾ ਵੀ ਕੁਝ ਜੀਵਨ ਹਲਕੇ ਕੁੱਤੇ ਵਰਗਾ ਹੈ। ਜਦੋਂ ਉਹਦੇ ਸਿਰ ਤੇ ਲਾਲਚ ਚੜ ਕੇ ਬੋਲਣ ਲੱਗ ਪਏ ਉਹ ਲਾਗੇ ਬੈਠਣ ਵਾਲਿਆਂ ਨੂੰ ਲਾਲਚ ਦਾ ਪਾਠ ਪੜਾਉਣ ਲੱਗ ਪਏ। ਮਹਾਰਾਜ ਨੇ ਬਾਣੀ ਚ ਕਿਹਾ ਲੋਭੀ ਕਾਵੇ ਸਾਰਾ ਕੀਜੈ ਜੇ ਕਾ ਪਾਰ ਵਸਾ। ਜਿੱਥੋਂ ਤੱਕ ਹੋ ਸਕੇ ਲਾਲਚੀ ਬੰਦੇ ਦਾ ਕਹਿੰਦੇ ਭਰੋਸਾ ਨਾ ਜਾ ਕਰੇ। ਲੋਭੀ ਕਾ ਵਿਸਾਰਾ ਕੀਜੈ ਜੇ ਕਾ ਪਾਰ ਵਸਾਏ ਅੰਤ ਕਾਲ ਤਿੱਥੇ ਧੋਹੈ ਜਿੱਥੇ ਹੱਥ ਨਾ। ਜਾਂ ਮਹਾਰਾਜ ਜੀ ਕਹਿਣਗੇ ਮਹਾਰਾਜ ਜੀ ਕਹਿੰਦੇ ਲੋਭ ਲਹਿਰ ਸਭ ਸਮਾਨ ਹਲਕ ਹੈ ਹਲਕਿਓ ਸਲਹਿ ਵਿਸਾਰੇ। ਹੁਣ ਚਾਰ ਹਮਲੇ ਕਰ ਦਿੱਤੇ ਬਾਬੇ ਪ੍ਰਿਥੀ ਚੰਦ ਨੇ ਚੈਨ ਨਹੀਂ ਹੁੰਦੇ ਆਏ ਤਖ਼ਤ ਦਿਖਦਾ ਪਿਆ। ਸੰਗਤਾਂ ਮਾਇਆ ਲੈ ਕੇ ਆ ਰਹੀਆਂ ਉਹ ਮਾਇਆ ਦਾ ਢੇਰ ਦਿਸਦਾ ਪਿਆ। ਇਹ ਤਖ਼ਤ ਮੇਰੇ ਕੋਲੇ ਚਾਹੀਦਾ ਮੈਂ ਬੈਠਾ ਤਖ਼ਤ ਤੇ ਇਹ ਮਾਇਆ ਦਾ ਢੇਰ ਮੇਰੇ ਅੱਗੇ ਲੱਗੇ। ਬਸ ਉਹਦੇ ਅੰਦਰ ਆਹੀ ਦੋ ਚੀਜ਼ਾਂ ਤੇ ਸੱਚਾਈ ਆ। ਅੱਜ ਦੁਨੀਆ ਦੀ ਡਾਵਾਂ ਡੋਲ ਸਥਿਤੀ ਦਾ ਕਾਰਨ ਹੀ ਸਭ ਤੋਂ ਵੱਡਾ ਲਾਲਚ। ਲਾਲਚ ਦੋਨਾਂ ਭਰਾਵਾਂ ਦੇ ਵਿੱਚ ਦੀਵਾਰ ਖੜੀ ਕਰਦਾ। ਲਾਲਚ ਪਿਓ ਪੁੱਤ ਦੇ ਵਿੱਚ ਦੀਵਾਰ ਖੜੀ ਕਰਦਾ। ਲਾਲਚ ਭੈਣ ਭਰਾ ਦੇ ਵਿੱਚ ਦੀਵਾਰ ਖੜੀ ਕਰਦਾ। ਲਾਲਚ ਪਤੀ ਪਤਨੀ ਦੇ ਜੀਵਨ 'ਚ ਦਰਾਰ ਖੜੀ ਕਰ ਦਿੰਦਾ। ਇਹ ਸੱਚਾਈ ਆ। ਜਿਹੜੀ ਲੜਕੀ ਨੂੰ ਸਹੁਰੇ ਘਰ ਵਿੱਚ ਨਹੁੰ ਬਣਾ ਕੇ ਲਿਆਇਆ ਜਾਂਦਾ ਜਦੋਂ ਲਾਲਚ ਦਾ ਕੁੱਤਾ ਸਹੁਰਿਆਂ ਦੇ ਅੰਦਰ ਭੌਂਕਦਾ ਉਹ ਕਹਿੰਦੇ ਜੇ ਦਾਜ ਨਹੀਂ ਤੇ ਤੇਰਾ ਵੀ ਇਸ ਘਰ 'ਚ ਕੀ ਕੰਮ ਨਹੀਂ। ਲਾਲਚੀ ਆ ਲਾਲਚ। ਮਹਾਰਾਜ ਨੇ ਕਿਹਾ ਇਹਦੇ ਤੋਂ ਬਚ ਜਾਓ। ਤੇ ਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਪਤਾ ਕੀ ਕਹਿੰਦੇ ਕਹਿੰਦੇ ਜਿੱਦਾਂ ਇੱਕ ਕੁੱਤਾ ਦਰ ਦਰ ਤੇ ਭੌਂਕਦਾ ਨਾ ਜੀ ਕਦੇ ਕਿਸੇ ਦਰ ਤੇ ਕਿਸੇ ਦਰ ਤੇ ਦੋ ਰੋਟੀਆਂ ਵਾਸਤੇ ਕਹਿੰਦੇ ਲਾਲਚੀ ਬੰਦੇ ਦੀ ਜ਼ਿੰਦਗੀ ਇੱਦਾਂ ਦੀ ਹੋ ਜਾਂਦੀ। ਉਹ ਵੀ ਕਦੇ ਕਿਸੇ ਪਿੱਛੇ ਕਦੇ ਕਿਸੇ ਪਿੱਛੇ। ਦੁਆਰ ਹੈ ਦੁਆਰ ਸਵਾਣ ਜਿਉ ਡੋਲਤ ਨੇ ਸੁਤ ਰਾਮ ਭਜਾ। ਲਾਲਚੀ ਬੰਦਾ ਗਿਰਿਆ ਹੋਇਆ ਹੈ ਉਹਦਾ ਸੰਗ ਨਾ ਕਰੋ ਪਤਾ ਨਹੀਂ ਕਿੱਥੇ ਧੋਖਾ ਦੇ। ਹੁਣ ਜਦੋਂ ਤਿੰਨ ਵਾਰ ਕਰ ਲਏ ਬਾਬਾ ਪ੍ਰਿਥੀ ਚੰਦ ਹਾਲੇ ਵੀ ਰੁਕਿਆ ਨਹੀਂ ਉਹਨੇ ਫਿਰ ਚੌਥਾ ਵਾਰ ਕੀਤਾ। ਤੇ ਚੌਥਾ ਵਾਰ ਪਤਾ ਕਿੱਦਾਂ ਕੀਤਾ ਜੀ
ਹੁਣ ਹਰ ਕੋਈ ਬੰਦੇ ਜਦੋਂ ਵੱਡੇ ਹੋ ਗਏ ਆ, 5-6 ਸਾਲ ਦੀ ਉਮਰ ਹੋ ਗਈ ਤੇ 4-5 ਸਾਲ ਦੀ ਉਮਰ ਹੋਈ, ਹਾਣੀਆਂ ਨਾਲ ਖੇਡਦੇ, ਉਹਨੇ ਕੀ ਕੀਤਾ ਫਿਰ ਕਹਾਣੀ ਉਹਨੂੰ ਆਪਦੇ ਬੱਸ ਚ ਗਈ। ਉਸ ਹਾਣੀ ਦਾ ਨਾਮ ਇਤਿਹਾਸ ਵਿੱਚ ਨੰਦ ਕਰਕੇ ਆਇਆ। ਉਹਨੂੰ ਉਹਦੇ ਚਾਚੇ ਤੱਕ ਪਹੁੰਚ ਕੀਤੀ ਵੀ ਮੈਂ ਤੈਨੂੰ ਪੈਸੇ ਦੇ ਦਿੰਦਾ, ਤੇ ਆਪਦੇ ਭਤੀਜੇ ਨੰਦ ਨੂੰ ਇੱਕ ਗੱਲ ਕਹਿਣੀ ਵੀ 2 ਲੱਡੂ ਨੂੰ ਦੇਣੇ ਆ, ਇੱਕ ਲੱਡੂ ਚ ਜ਼ਹਿਰ ਹੋਏਗੀ, ਇੱਕ ਲੱਡੂ ਜ਼ਹਿਰ ਤੋਂ ਬਿਨਾਂ ਹੋਏਗੀ। ਜਦੋਂ ਹਰਗੋਬਿੰਦ ਨਾਲ ਖੇਡੇ, ਜ਼ਹਿਰ ਵਾਲਾ ਲੱਡੂ ਉਹਨੂੰ ਦੇ ਦੇ, ਦੂਜਾ ਆਪ ਖਾਲੀ ਸ਼ੱਕ ਵੀ ਨਾ ਹੋਵੇ ਤੇ ਕੰਮ ਵੀ ਹੋ। ਉਹ ਜਦੋਂ ਖੇਡਣ ਲੱਗ ਪਏ, ਕੁਦਰਤ ਦਾ ਭਾਣਾ ਵਾਪਰਿਆ, ਜ਼ਹਿਰ ਵਾਲਾ ਲੱਡੂ ਆਪ ਖਾ ਗਿਆ, ਦੂਜਾ ਹਰਗੋਬਿੰਦ ਨੇ ਦੇ ਦਿੱਤਾ। ਰੌਲਾ ਪੈ ਗਿਆ, ਪਰ ਦੱਸ ਉਹਨੇ ਵੀ ਦਿੱਤਾ ਇਹ ਮੇਰੇ ਭਤੀਜੇ ਤੋਂ ਜਿਹੜਾ ਕਾਰਾ ਹੈ ਬਾਬੇ ਪ੍ਰਿਥੀ ਚੰਦ ਨੇ ਕਰਾਇਆ। ਹੁਣ ਸਾਰਾ ਵਡਾਲੀ ਲਾਣਤਾਂ ਪਾਉਣ ਲੱਗ ਪਿਆ, ਬਾਬਾ ਪ੍ਰਿਥੀ ਚੰਦ ਵੱਡਾ ਭਰਾ ਪਿਓ ਦੀ ਥਾਂ ਤੇ ਹੁੰਦਾ, ਜਦੋਂ ਬਾਪ ਚਲਿਆ ਜਾਏ ਉਦੋਂ ਫਿਰ ਵੱਡਾ ਭਰਾ ਬਾਪ ਬਣ ਕੇ ਆਪਦੇ ਛੋਟਿਆਂ ਦੇ ਪਰਦੇ ਕਰਦਾ। ਉਹ ਗੁਰੂ ਰਾਮਦਾਸ ਪਾਤਸ਼ਾਹ ਦੇ ਜਾਣ ਤੋਂ ਬਾਅਦ ਤੂੰ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਬਾਪ ਬਣ ਕੇ ਇਹਨਾਂ ਦੇ ਨਾਲ ਵਿਚਰਦਾ, ਉਹ ਤੂੰ ਤਾਂ ਇਹਨਾਂ ਦਾ ਸ਼ਰੀਕ ਬਣ ਗਿਆ। ਤੂੰ ਜੇ ਬਾਪ ਦਾ ਫਰਜ਼ ਨਹੀਂ ਨਿਭਾ ਸਕਦਾ ਸੀ, ਜੇ ਵੱਡੇ ਭਰਾ ਦਾ ਫਰਜ਼ ਨਹੀਂ ਨਿਭਾ ਸਕਦਾ ਸੀ, ਫਿਰ ਦੁਸ਼ਮਣ ਵਾਲਾ ਫਰਜ਼ ਤਾਂ ਨਾ ਨਿਭਾਉਂਦਾ, ਤੂੰ ਤਾਂ ਦੁਸ਼ਮਣ ਬਣ ਗਿਆ। ਪਹਿਲਾਂ ਤੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਖਤਮ ਕਰਨ ਦਾ ਯਤਨ ਕੀਤਾ ਤਖ਼ਤ ਵਾਸਤੇ, ਹੁਣ ਤੋਂ ਉਹਨਾਂ ਦੇ ਪੁੱਤਰ ਨੂੰ ਖਤਮ ਕਰਨ ਦਾ ਯਤਨ ਕਰ ਕੇ ਲਾਣਤਾਂ ਬਾਬਾ ਪ੍ਰਿਥੀ ਚੰਦ ਦੇ ਲਾਣਤਾਂ ਬਰਦਾਸ਼ਤ ਨਾ ਕਰ ਸਕਿਆ। ਆਪਦੇ ਪਰਿਵਾਰ ਦੇ ਨਾਲ, ਘਰ ਵਾਲੀ ਵੀ ਕਰਮੋਂ ਦੇ ਨਾਲ, ਤੇ ਆਪਣੇ ਪੁੱਤਰ ਮਿਹਰਵਾਨ ਦੇ ਨਾਲ ਆਪਣੇ ਸਹੁਰੇ ਪੰਡਹੇਰੀ ਚਲਾ ਗਿਆ, ਉੱਥੇ ਜਾ ਕੇ ਰਿਹਾ। ਪਰ ਇਹ ਸੱਚਾਈ ਆ, ਮਹਾਰਾਜ ਨੇ ਕਿਹਾ ਜਦੋਂ ਲਾਲਚ ਤੁਹਾਡੇ ਸਿਰ ਚੜ ਕੇ ਬੋਲੇ ਉਦੋਂ ਫਿਰ ਜ਼ਿੰਦਗੀ ਦਾ ਕੋਈ ਟਿਕਾਣਾ ਨਹੀਂ। ਹੁਣ ਇੱਧਰ ਹਰਗੋਬਿੰਦ ਜੀ ਸੱਚੇ ਪਾਤਸ਼ਾਹ ਤੰਦਰੁਸਤ ਹੋਏ, 8-9 ਸਾਲ ਦੀ ਉਮਰ ਹੋਈ, ਤੇ ਮਾਤਾ ਜਿਹਨੂੰ ਆਪਾਂ ਮਾਤਾ ਕਹਿ ਦਿੰਦੇ, ਉਹਨੂੰ ਚੇਚਕ ਦੀ ਬਿਮਾਰੀ ਵੀ ਕਹਿ ਦਿੰਦੇ ਆਪਾਂ, ਆਪਣੇ ਤਾਂ ਸ਼ਬਦ ਆਮ ਮਾਤਾ ਵਰਤਿਆ ਜਾਂਦਾ, ਜਿੱਦਾਂ ਸਰੀਰ 'ਤੇ ਫਲੂਏ ਹੋ ਜਾਂਦੇ ਆ, ਉਹ ਫਿਰ ਹੌਲੀ ਹੌਲੀ ਪਾਣੀ ਦੇ ਭਰਦੇ ਆ, ਲਾਲ ਹੋ ਜਾਂਦੇ ਆ, ਸਰੀਰ ਬਿਲਕੁਲ ਵੀਕਨੈਸ ਮਹਿਸੂਸ ਕਰਦਾ। ਅਤੇ ਅੱਜ ਤੁਸੀਂ ਡਾਕਟਰਾਂ ਤੋਂ ਪੁੱਛੋ ਤਾਂ ਡਾਕਟਰ ਵੀ ਕਹਿੰਦੇ ਘੱਟੋ ਘੱਟ ਇਹ ਰੋਗ 8-9 ਦਿਨ ਆਪਣਾ ਪ੍ਰਭਾਵ ਸਰੀਰ 'ਤੇ ਰੱਖਦਾ, 8-9 ਦਿਨਾਂ ਬਾਅਦ ਇਹ ਸਰੀਰ ਇਹ ਰੋਗ ਆਪਣੇ ਆਪ ਸਰੀਰ ਨੂੰ ਛੱਡ। ਹੁਣ 8-9 ਸਾਲ ਦੀ ਉਮਰ ਹੋਈ ਹੈ ਹਰਗੋਬਿੰਦ ਜੀ ਦੀ, ਅਤੇ ਸਰੀਰ ਦੇ ਉੱਤੇ ਚੇਚਕ ਦਾ ਪ੍ਰਭਾਵ ਪੈ ਗਿਆ। ਪਿੰਡ ਦੀਆਂ ਗੁਆਂਢਣ ਆਣ ਕੇ ਕਹਿ ਲੈਂਦੀਆਂ ਮਾਤਾ ਗੰਗਾ 6 ਸਾਲ ਬਾਅਦ ਪਹਿਲਾਂ ਪੁੱਤ ਮਿਲਿਆ, ਇਹ ਰੋਗ ਬੜਾ ਭਿਆਨਕ ਆ, ਜੇ ਪ੍ਰਭਾਵ ਪੈ ਜਾਵੇ ਤਾਂ ਸਰੀਰ ਦਾ ਅੰਗ ਵੀ ਨਕਾਰਾ ਹੋ ਸਕਦਾ, ਜੇ ਪ੍ਰਭਾਵ ਪੈ ਜਾਵੇ ਤਾਂ ਜਾਨ ਵੀ ਜਾ ਸਕਦੀ। ਸਾਡੀ ਮੰਨੇ ਸੀਤਲਾ ਮਾਤਾ ਦੇ ਮੰਦਰ ਚਲੀ ਜਾ, ਉੱਥੋਂ ਮਿੱਟੀ ਲੈ, ਘਾਹ ਦੇ ਤਿਣਕਿਆਂ ਦੇ ਨਾਲ ਉਹ ਮਿੱਟੀ ਪਾਣੀ 'ਚ ਮਿਲਾ ਕੇ ਹੌਲੀ ਹੌਲੀ ਛਿੜਕਾ ਦੇ ਪੁੱਤ ਦੇ ਸਰੀਰ 'ਤੇ, ਤੇਰੇ ਪੁੱਤ ਦਾ ਸਰੀਰ ਰੋਗ ਠੀਕ ਹੋ ਜਾਏ। ਜੈ ਕਹੋ ਨਾਮ ਬਣੀ ਨਾ ਜੀ ਗੱਲ ਜੀ ਪ੍ਰਚਲਿਤ ਆ। ਕਹਿੰਦੇ ਜੀ ਜਦੋਂ ਨਾ ਮਾਤਾ ਨਿਕਲੀ ਹੋਵੇ ਨਾ, ਜੇ ਬੱਦਲ ਗਰਜਣ ਲੱਗਣ ਤਾਂ ਤੁਸੀਂ ਪਤਾ ਕੀ ਕਰੋ, ਮਿੱਟੀ ਦਾ ਭਾਂਡਾ ਤੋੜ ਕੇ ਉਹਦੇ ਨਿੱਕੇ ਨਿੱਕੇ ਠੀਕਰੀਆਂ ਬਣਾ ਲਓ, ਅਤੇ ਜਿੱਦਾਂ ਹੀ ਬੱਦਲ ਗਰਜਣ ਛੱਜ 'ਚ ਪਾ ਕੇ ਉਹਨਾਂ ਠੀਕਰੀਆਂ ਨੂੰ ਛੱਟਣ ਲੱਗ ਪਓ। ਕਹਿੰਦੇ ਉਹ ਬੱਦਲ ਦੇ ਗਰਜਣ ਦੀ ਆਵਾਜ਼ ਮਾਤਾ ਨੂੰ ਨਹੀਂ ਸੁਣਨੀ ਚਾਹੀਦੀ, ਜੇ ਸੁਣ ਤੇ ਮਾਤਾ ਨਾਰਾਜ਼ ਹੋ ਜਾਂਦੀ, ਸਰੀਰ ਦਾ ਨੁਕਸਾਨ ਕਰ ਦਿੰਦੀ। ਹੁਣ ਪੁੱਛਣ ਵਾਲਾ ਹੋਵੇ ਕਿੱਥੇ ਬੱਦਲ ਦੀ ਗਰਜ ਅਤੇ ਕਿੱਥੇ ਉਹ ਛੱਜ ਵਿੱਚ ਪਾਈਆਂ ਠੀਕਰੀਆਂ ਦਾ ਛਣਕਾਉਣਾ, ਉਹ ਠੀਕਰੀਆਂ ਦੀ ਛਣਕਾਰ ਬੱਦਲ ਦੀ ਗਰਜ ਨੂੰ ਭਲਾ ਕਿੱਦਾਂ ਰੋਕਦੇ? ਇਹ ਵੀ ਤਾਂ ਪਖੰਡੀ ਹੈ, ਗੁਰਮਤ ਇਸ ਚੀਜ਼ ਨੂੰ ਲਾਇਕ ਨਹੀਂ ਕਰਾਈ। ਹੁਣ ਕਿੱਥੇ ਠੀਕਰੀਆਂ ਦੀ ਛਣਕਾਰ ਅਤੇ ਕਿੱਥੇ ਬੱਦਲ ਦਾ ਗਰਜਣਾ, ਕਹਿਣ ਵਾਲਿਆਂ ਨੇ ਵੀ ਕਮਾਲ ਕੀਤੀ ਹੋਈ। ਖੈਰ ਜਦੋਂ ਗੁਆਂਢਣਾਂ ਨੇ ਕਿਹਾ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਗੰਗਾ ਸੀ ਨਹੀਂ ਕਿਤੇ ਜਾਣਾ, ਜਿਹਨੇ ਦਿੱਤਾ ਉਹਦੇ ਅੱਗੇ ਦੱਸਾਂਗਾ। ਹੁਣ ਬਾਣੀ ਪੜ੍ਹ ਰਹੇ, ਮਾਤਾ ਗੰਗਾ ਜੀ ਕੋਲ ਬੈਠੇ, ਬਾਬਾ ਬੁੱਢਾ ਜੀ ਵੀ ਬਾਣੀ, ਭਾਈ ਗੁਰਦਾਸ ਜੀ ਵੀ ਬਾਣੀ ਪੜ੍ਹ ਰਹੇ। 8-9 ਦਿਨਾਂ ਬਾਅਦ ਜਦੋਂ ਉਸ ਰੋਗ ਨੇ ਸਰੀਰ ਦੇ ਉੱਤੋਂ ਆਪਣਾ ਪ੍ਰਭਾਵ ਛੱਡਿਆ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਹਨਾਂ ਦੇ ਸ਼ਬਦ ਪੜ੍ਹਿਆ, ਨੇਤਰ ਪ੍ਰਗਾਸ ਕੀਆ ਗੁਰਦੇਵ, ਭ੍ਰਮ ਗਏ ਪੂਰਤ ਪਈ ਸੇਵ, ਸੀਤਲਾ ਤੇ ਰੱਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ। ਸਾਡੇ ਵਾਸਤੇ ਇੱਕ ਸੰਦੇਸ਼ ਆ, ਇਹ ਦੁੱਖ ਆਉਣੇ ਆ ਤੇ ਦੁੱਖਾਂ ਵਿੱਚ ਕਿਸੇ ਦੇ ਮਗਰ ਲੱਗ ਕੇ ਤੁਸੀਂ ਬੜੀਆਂ ਮਸਾਣਾਂ ਵੱਲ ਨਾ ਤੁਰਦੇ। ਸਾਡਾ ਇੱਕ ਸੁਭਾਅ ਆ ਨਾ ਜੀ, ਜੇ ਕਿਸੇ ਨੇ ਕਹਿ ਦਿੱਤਾ ਫਲਾਣੇ ਥਾਂ ਤੇ ਬਾਬਾ ਸਵਾਦੀ ਪੁਣੀ ਦੇ ਮੰਦਰ ਨੂੰ ਤੁਰ ਪਏ,
फलानी थान से बाबा गंढा वाहेगुरु धागे सत गंढा करके दिता उधर तुर पे नहीं। जे गुरु ग्रंथ साहिब महाराज की बाणी पढ़ के नहीं ना यकीन हैगा तो फिर बाबिया ने गंढिया नाल नहीं गल बन ठीक है। डॉक्टर आ उन्होंने को इलाज करवाने चाहिए नाल दी नाल साडी दवा होनी चाहिए दवा जरूर चाहिए। एक विद्वान ने बड़ी सोहनी गल कही कहिंदे जिहड़ा काम दवाई नाल ना होवे ओह काम दवा नाल होवे पर कहिंदे मुश्किल है वी जिहड़ी दवा है ना ओह दिलों नहीं होंदी। जिदन तुसीं दिलों गुरु दे अगे खड़ के रोलोगे ना गुरु तां मुरदे च जान पा दिंदा फिर रोग नूं शरीर तों दूर करना की गल। कहिंदा जो बात दवा से नहीं होती वो बात दुआ से होती है। मुश्किल तो जे है कि जे मुश्किल से होती जिते दवाई जवाब दे जाए जिते डॉक्टर हाथ खड़े कर देंगे उत्ते दुआ काम कर दी पर मुश्किल है जी दुआ वा वो दिलों नहीं होती। जो कि दिलों रोपे ना जी गुरु जी अगे खड़ के गुरु बहुत तरसवान मेरे गुरु ग्रंथ साहब वाले रहम का कर रहे सतगुरु गुरु अर्जन देव पातशाह ने शुक्र किया कहिंदे परमात्मा ने कृपा की पुत्र की तंदुरुस्ती हो तो मैं अक्सर इतने बेनती कई बार करता ना गुरु अर्जन देव पातशाह महाराज का जीवन साढ़े वास्ते एक चानन मुनारा। महाराज ने कहा जदों तुहानूं कितने मुश्किल आवे बाणी सिमरन तो बाहर ना कितने जाए अपने गुरु तो सवाए किसी होर अगे जाने ही नहीं क्योंकि महाराज ने बाणी च कहा महाराज जी कहिंदे गुरबाणी इस जग में चानन करम वसै मन। गुरु नानक पातशाह कहते दुबदा ना पढ़ो हरबिन होर ना पूजो मणे मसान जाए कहते दुबदा च पैन की लोड़ नहीं एक सोच लैके चलो दुख सुख दोए दर कपड़े पहरे जाए मनुख दुख भी आने सुख भी आने। तो गुरु नानक पातशाह ने तो इतों तक बचन कह दिता कहिंदे मैं तैनूं इक सलाह देवां कहिंदे कदे कदे दुख मंगिया कर कदे कदे दुख मंगिया कर। महाराज जी क्यों क्योंकि साढ़े तो जिन्ने जतन सुखां वास्ते है ना। महाराज जी कहिंदे इस करके जदों सुख बहुते हो जाते ना फिर मनुख नूं रब बड़ी चेते जदों दुख आउंदे आ ना जी गुस्ताखी माफ करो फिर ही गुरुद्वारे वालों पैर तुरदे भाई साहब कर दिओ अरदास भाई साहब रखियो सहज पाठ भाई साहब एक सुखमनी साहब का पाठ कर दिया दुख आ गया। गुरु नानक पातशाह कहिंदे दुख मंगिया कर क्योंकि दुख दे विच तेरा परमात्मा दे नाल नाता बनिया रहिंदा दुख दारू का कम कर दुख दारू सुख रोग पै जा सुख तां एक बचन हो सोए। भाई गुरदास जी किसी ने सवाल किया कहिंदे भाई गुरदास जी जदों गुरु नूं पता सिख नूं दुख देवांगा सिख दुखी हो जाएगा ते गुरु सिख नूं दुख दिंदा ही क्यों। दोबारा फिर सुनियो जे गुरु नूं पता सिख नूं दुख देवांगा सिख दुखी हो जाएगा ते गुरु सिख नूं दुख दिंदा ही क्यों है। सवाल भाई गुरदास कहिंदे तेरा बड़ा कमाल दा बहिरा। भाई गुरदास कहिंदे कदे धोबी नूं वेख्या जदों घरां चों कपड़े कट्ठे करके धोबी घाट ते लैके जांदा कहिंदा जी वेख्या ते भाई गुरदास कहिंदे उह कपड़े नूं पाणी दे विच भिओं के ना साबण ला के पाणी कपड़े नूं पहिलां गिला कर लैंदा फिर साबण साबण लाउण तों बाद उह वटा चाड़ के ना पिछों दी लिआ के सिर तों पटका के कपड़ा पत्थर ते मारदा कहिंदे कि उह धोबी कपड़े नूं पाड़ना चाहुंदा कहिंदे जी ना ਉਹਦਾ ਵਟਾ ਚੜਾ ਕੇ ਸਿਰ ਦੇ ਉੱਤੋਂ ਨਹੀਂ ਲਿਆਣ ਕੇ ਪੱਥਰ ਤੇ ਕੱਪੜਾ ਮਾਰਨ ਦਾ ਤੋਂ ਕੱਪੜੇ ਨੂੰ ਸ਼ੁੱਧ ਕਰਨਾ ਚਾਹੁੰਦਾ ਉਹਦੇ ਵਿੱਚ ਨਹੀਂ ਮੈਲ ਕੱਢਣੀ ਚਾਹੁੰਦਾ ਤਾਂ ਜੋ ਕੱਪੜਾ ਸਾਫ਼ ਹੋ ਕੇ ਫਿਰ ਕਿਸੇ ਦੇ ਤਨ ਦਾ ਸ਼ਿੰਗਾਰ ਮਾਰ। ਭਾਈ ਗੁਰਦਾਸ ਕਹਿੰਦੇ ਤੇਰੇ ਸਵਾਲ ਦਾ ਜਵਾਬ ਆ ਧੋਬੀ ਦਾ ਮਕਸਦ ਕੱਪੜਾ ਪਾੜਨਾ ਨਹੀਂ ਗਾ ਕੱਪੜੇ ਦੀ ਮੈਲ ਕੱਢ ਕੇ ਉਹਨੂੰ ਸਵੱਛ ਕਰਨਾ। ਗੁਰੂ ਜੇ ਆਪਣੇ ਸਿੱਖ ਨੂੰ ਦੁੱਖ ਦਿੰਦਾ ਤੇ ਸਿੱਖ ਨੂੰ ਦੁਖੀ ਨਹੀਂ ਕਰਦਾ ਗੁਰੂ ਇਸ ਕਰਕੇ ਦੁੱਖ ਦਿੰਦਾ ਸਿੱਖਾ ਮੈਂ ਵੇਖਿਆ ਜਦੋਂ ਦੁੱਖ ਆਉਂਦੇ ਉਦੋਂ ਤੂੰ ਬਾਣੀ ਜਾਦੀ ਪੜ੍ਹਦਾ ਜਦੋਂ ਤੂੰ ਬਾਣੀ ਜਾਦੀ ਪੜ੍ਹਦਾ ਉਦੋਂ ਤੇਰਾ ਮੇਰੇ ਨਾਲ ਨਾਤਾ ਬਣਦਾ ਇਸ ਕਰਕੇ ਤੈਨੂੰ ਦੁੱਖ ਦਿੰਦਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਦੁੱਖ ਸਾਡੇ ਵਾਸਤੇ ਦਵਾ ਦਾ ਕੰਮ ਕਰ ਜਾਂਦਾ ਦੁੱਖ ਦਾਰੂ ਸੁਖ ਰੋਗ
गुरु अर्जुन देव पातशाह महाराज कहते जिन्ना मर्जी वड्डा दुख आ जाए बस ओ तो सवाए किसी होर ते भरोसा ना रखियो, एक दवाई ते एक दवा, बस दो चीजा ने पड़ जाओ। सतगुरु कृपा कर सारे एक बार लवायो हाजरी, कोई रसना वन जिन्होंने प्यार भिज के सारे करो रसना पवित्र, ज्यों जानो त्यों राख हर प्रभ तेरिया किरते गणो असंख अवगढ़ मेरिया। हे परमात्मा हे गुरु ग्रंथ साहिब महाराज असी तेरे हाँ, साढ़े को गलतियां नहीं होंदियां भुलां नहीं होंदियां, रहमत करियो जिदा मां बाप अपने बच्चों के अवगण नहीं चेतावे तुसी भी साढ़े ते रहमत करियो, सारे कृपा करियो। भैणा भी वीर भी बड़े प्यार के नाल उच्ची आवाज विच मिल के बोलियो, ज्यों जानो त्यों राख हर प्रभ तेरिया, ज्यों जानो त्यों राख हर प्रभ तेरिया, ज्यों जानो त्यों सारे बोलो जी। बहुत कोई औखी पंक्ति नहीं कि बहुत सौखे जे शब्द है, ज्यों जानो त्यों राख हर प्रभ तेरिया। सारे सिरमर बीते उच्ची आवाज विच बोलो, ज्यों जानो त्यों राख हर प्रभ तेरिया, ज्यों जानो त्यों राख हर प्रभ तेरिया, ज्यों जानो त्यों राख हर प्रभ कीते गणो असंख अवगण मेरिया, किते 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 गणो असंख अवगण मेरिया, केते गणो असंख अवगण। ज्यों जानो त्यों राख हर प्रभ तेरिया, ज्यों जानो त्यों राख हर प्रभ तेरिया, ज्यों जानो त्यों धन श्री गुरु ग्रंथ साहिब जी, धन श्री गुरु ग्रंथ साहिब जी, धन श्री गुरु धन श्री गुरु ग्रंथ साहिब जी, धन श्री गुरु ग्रंथ साहिब जी, धन श्री गुरु ज्यों जानो त्यों राख हर प्रभ तेरिया, ज्यों जानो त्यों राख हर प्रभ तेरिया, ज्यों जानो त्यों राख हर प्रभ, हर प्रभ तेरिया। सौ प्यारी सत्संग इतनिया बेनतियां प्रवान सतगुरु गुरु ग्रंथ साहिब महाराज जी रहमत करन साडे सारियां दी हाजरियां, साडा बोलिया सुनिया महाराज अपने दर ते प्रवान करन। बहुत बहुत धन्नवाद समुचियां संगतां दा, असीसां दे के नवाजा जतन करिया करो, वध तों वध हाजरियां भर के आप भी आओ, होरनां नूं प्रेरित करके सतगुरु दे पावन दरबार